ਸ਼੍ਰੀ ਭਗਵਾਨ ਕ੍ਰਿਸ਼ਨ ਬਿੰਦਰਾਬਨ ਦੇ ਜੰਗਲ ਵਿੱਚ, ਬਿੰਦਰਾਬਨ ਮਨ ਹਰਨ ਮਨੋਹਰ ਕ੍ਰਿਸ਼ਨ ਸ਼ਰਾਬਤ ਗਾਓ ਰੇ, ਬਿੰਦਰਾਬਨ ਮਨ ਹਰਨ ਮਨੋਹਰ ਕ੍ਰਿਸ਼ਨ ਸ਼ਰਾਬਤ ਗਾਓ ਰੇ। ਆਸ ਪਾਸ ਘਨ ਤੁਲਸੀ ਕਾ ਬਿਰਵਾ ਬਾਜ ਬਣਾ ਰਸ ਗਾਓ ਰੇ। ਇਹਨੇ ਰਸ ਨਾਲ ਮਧੁਰ ਸੰਗੀਤ ਨਾਲ ਲਬਰੇਜ਼ ਹੋਈ ਆਤਮਾ ਸ਼੍ਰੀ ਕ੍ਰਿਸ਼ਨ ਦੁਆਪਰ ਯੁੱਗ ਦੇ ਅਵਤਾਰ ਬੰਸਰੀ ਵਜਾਉਂਦੇ ਨੇ, ਤਰ੍ਹਾਂ ਤਰ੍ਹਾਂ ਦੇ ਰਾਗ ਦਾ ਉਚਾਰਨ ਕਰਦੇ ਨੇ। ਅਰੋਹੀ ਵਿੱਚ ਹੋਰ ਰਾਗ ਹੈ, ਅਰੋਹੀ ਵਿੱਚ ਹੋਰ ਰਾਗ ਹੈ, ਔਰ ਕਿਤਨੇ ਰਾਗਾਂ ਦਾ ਉਹ ਰਸ ਰੂਪ ਮੰਗਲ ਉਚਾਰਦੇ ਹੋਏ। ਗੁਰੂ ਗੋਬਿੰਦ ਸਿੰਘ ਸਾਹਿਬ ਬਾਣੀ ਫਰਮਾਉਂਦੇ ਕਹਿੰਦੇ ਨੇ ਕਿ ਇੰਝ ਮੈਨੂੰ ਲੱਗਦਾ ਹੈ ਕਿ ਕ੍ਰਿਸ਼ਨ ਭਗਵਾਨ ਦੀ ਬੰਸਰੀ ਦੇ ਅੰਦਰ ਸੰਸਾਰ ਦੇ ਸਾਰੇ ਰਾਗ ਨਿਵਾਸ ਰੱਖਦੇ ਨੇ। ਸਮੂਹ ਰਾਗਾਂ ਦਾ ਨਿਵਾਸ ਸਥਾਨ ਹੈ ਭਗਵਾਨ ਦੀ ਬੰਸਰੀ। ਕੁਝ ਰਾਗਾਂ ਦਾ ਨਾਮ ਵੀ ਲਿਆ ਹੈ ਕਿ ਇਹ ਰਾਗਾਂ ਨੂੰ ਭਗਵਾਨ ਕ੍ਰਿਸ਼ਨ ਬੰਸਰੀ ਦੇ ਵਿੱਚ ਛੇੜਦੇ ਨੇ, ਉਚਾਰਦੇ ਨੇ, ਔਰ ਆਨੰਦਿਤ ਮਾਹੌਲ ਨੂੰ ਰੰਗਮਈ ਬਣਾ ਕੇ ਸੰਸਾਰ ਦਾ ਉਧਾਰ ਕਰਦੇ ਹੋਏ ਭਗਵਾਨ ਕ੍ਰਿਸ਼ਨ। ਤੁਸੀਂ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦਾ ਉਚਾਰਿਆ ਹੋਇਆ ਸ਼ਰਮਣ ਕੀਤਾ ਹੈ। ਅੰਦਰ ਸ਼੍ਰੀ ਭਗਤ ਤ੍ਰਿਲੋਚਨ ਜੀ ਦੀ ਬਾਣੀ ਹੈ। ਸਾਧ ਸੰਗਤ ਜੀ, ਭਗਤ ਤ੍ਰਿਲੋਚਨ ਜੀ ਦੇ ਘਰ ਸ਼੍ਰੀ ਪਰਮੇਸ਼ਰ ਆਪ ਆ ਗਏ ਸਨ ਅਤੇ ਉਹਨਾਂ ਨੇ ਆਪਣੀ ਪਤਨੀ ਨੂੰ ਕਿਹਾ ਸੀ ਕਿ ਇਹ ਜਿਹੜੀ ਪਵਿੱਤਰ ਆਤਮਾ ਆਈ ਹੈ, ਇਹ ਭਗਵਾਨ ਆਪ ਨਾਰਾਇਣ ਨਿਰੰਕਾਰ ਆਪ ਆਏ ਨੇ, ਤੂੰ ਇਹਨਾਂ ਦੀ ਸੇਵਾ ਵਿੱਚ ਲੀਨ ਹੋ, ਤੇਰਾ ਉਧਾਰ ਕਰਨ ਆਏ ਨੇ, ਤੇਰੇ ਕਾਜ ਸਵਾਰਨ ਆਏ ਨੇ, ਦੇਖੀ ਕਿਤੇ ਇਹਨਾਂ ਨੂੰ ਭੁਲੇਖੇ ਵਿੱਚ ਨੌਕਰ ਨਾ ਸਮਝ ਬੈਠੀ, ਦੁਨੀਆਂ ਦਾ ਬੰਦਾ ਐਵੇਂ ਉਰਲਮ ਪਰਲਮ ਨਾ ਸਮਝ ਬੈਠੀ, ਇਹਨਾਂ ਨੂੰ ਅਦਬ ਦੇ ਨਾਲ ਇਹਨਾਂ ਦੇ ਨਾਲ ਵਰਤਣਾ ਹੈ। ਉਹਨੂੰ ਕਹਿੰਦੀ ਤੂੰ ਕਾਕਾ ਕੰਮ ਬੜਾ ਸੋਹਣਾ ਕਰਦਾ ਹੈ, ਮੇਰੀਆਂ ਗਾਈਆਂ ਚਰਾਇਆ ਕਰ, ਮੱਝਾਂ ਚਰਾਇਆ ਕਰ, ਮੇਰੇ ਖੇਤਾਂ ਦਾ ਕਾਰੋਬਾਰ ਕਰਿਆ ਕਰ, ਪੱਠੇ ਲਿਆ ਕੇ ਮੇਰੀਆਂ ਗਾਈਆਂ ਨੂੰ ਪਾਇਆ ਕਰ। ਤ੍ਰਿਲੋਚਨ ਜੀ ਕਹਿੰਦੇ ਭਗਵਾਨ ਹੈ, ਨਾਰਾਇਣ ਹੈ, ਉਹ ਸਮਝਦੀ ਇਹ ਕੰਮ ਹੈ, ਨੌਕਰ ਹੈ, ਉਹਦੀ ਸਮਝ ਇਹ ਸੀ। ਭਗਵਾਨ ਜੀ ਨੂੰ ਉਹ ਸਮਝ ਨਹੀਂ ਸਕੀ, ਜਾਣ ਨਹੀਂ ਸਕੀ। ਉਸ ਬੀਬੀ ਦੇ ਪਤੀ ਸ਼੍ਰੀ ਤ੍ਰਿਲੋਚਨ ਜੀ ਸਮਝਾਉਂਦੇ ਨੇ, ਫਿਰ ਨਹੀਂ ਸਮਝਦੀ। ਇੱਕ ਦਿਨ ਨਾਲ ਦੀ ਗੁਆਂਢਣ ਕਹਿੰਦੀ ਭੈਣ, ਆਹ ਜਿਹੜਾ ਤੇਰਾ ਕੰਮ ਆਇਆ ਬੜੇ ਕੰਮ ਕਰਦਾ, ਤੈਨੂੰ ਤੇ ਸੁੱਖ ਬੜਾ ਹੋ ਗਿਆ, ਸਾਰੇ ਘਰ ਦੇ ਕੰਮ ਉਹਨੇ ਆਪ ਹੀ ਸਵਾਰਨੇ ਸ਼ੁਰੂ ਕਰ ਦਿੱਤੇ। ਤੇ ਉਹ ਕਹਿੰਦੀ ਅੱਗੋਂ ਹੱਸ ਕੇ
ਕਹਿੰਦੀ ਕੰਮ ਤੇ ਬੜੇ ਕਰਦਾ ਪਰ ਭੁੱਖਾ ਵੀ ਬੜਾ ਹੈ। ਜਦੋਂ ਰੋਟੀਆਂ ਖਾਣ ਹਟਦਾ ਹੈ ਨਾ, ਰੋਟੀਆਂ ਖਾਣ ਜਦੋਂ ਲੱਗਦਾ ਹੈ ਹਟਦਾ ਹੀ ਨਹੀਂ, ਸਾਰਾ ਸਾਗ ਦਾ ਤੌੜਾ ਮੁਕਾ ਜਾਂਦਾ ਹੈ ਤੇ ਸਾਰੀ ਪਰਾਤ ਆਟੇ ਦੀ ਇਹ ਖਤਮ ਕਰ ਜਾਂਦਾ ਹੈ। ਜਦੋਂ ਮੈਂ ਘਿਓ ਦਾ ਉਹ ਡੱਬਾ ਲੈ ਕੇ ਜਾਂਦੀ ਹਾਂ ਪਾਵਾਂ, ਨਾ ਕਰਦਾ ਹੀ ਨਹੀਂ। ਤੇ ਉਹ ਬੀਬੀ ਕਹਿੰਦੀ ਹੈ ਇਸ ਤਰ੍ਹਾਂ ਦਾ ਵਾ? ਕਹਿੰਦੀ ਨਹੀਂ, ਉਹ ਰਜਦਾ ਹੀ ਨਹੀਂ, ਮੈਂ ਅੱਜ ਨਾ ਦੇਖਣਾ ਹੈ ਉਹਨੂੰ, ਅੱਜ ਮੈਂ ਉਹਨੂੰ ਰਜਾ ਕੇ ਦੇਖਣਾ ਹੈ। ਕਿੰਨੀਆਂ ਰੋਟੀਆਂ ਖਾ ਲੂਗਾ, ਮਨ ਦੋ ਮਨ ਆਟਾ ਖਾ ਲੂਗਾ, ਮੈਂ ਅੱਜ ਦਾ ਪੂਰਾ ਟੈਸਟ ਕਰਨਾ ਕਿ ਕਿੰਨੀਆਂ ਰੋਟੀਆਂ ਖਾਂਦਾ, ਕਿੰਨੀ ਕੁ ਦਾਲ ਖਾਂਦਾ, ਕਿੰਨਾ ਘਿਓ ਖਾਏਗਾ, ਕਿੰਨਾ ਕੁ ਦੁੱਧ ਪੀ ਦੇਗਾ, ਮੈਂ ਅੱਜ ਉਹਦਾ ਪੂਰਨ ਤਜਰਬਾ ਕਰਨਾ। ਲਓ ਜੀ, ਸੋਚਦੀ ਆ ਕਿ ਉਹ ਮੇਰਾ ਕੰਮ ਆਵੇ ਤੇ ਮੈਂ ਅੱਜ ਉਹਨੂੰ ਰੋਟੀਆਂ ਖਵਾ ਕੇ ਰਜਾਉਣਾ। ਮੱਝਾਂ ਆ ਗਈਆਂ, ਗਣਕ ਆਈਆਂ ਆ ਗਈਆਂ, ਡੰਗਰ ਘਰ ਆ ਗਏ, ਪਰ ਉਹ ਕੰਮ ਨਹੀਂ ਆਇਆ ਜਿਹਨੂੰ ਨੌਕਰ ਸਮਝਦੀ ਸੀ। ਉਹ ਤੇ ਭਗਵਾਨ ਆਪ ਨਾਰਾਇਣ ਈਸ਼ਵਰ ਸੀ, ਉਹ ਨਹੀਂ ਆਇਆ। ਜਦੋਂ ਨਹੀਂ ਆਇਆ ਹੁਣ ਉਹ ਘਰ ਦੇ ਦੁੱਖ ਫਿਰ ਉਹਦੇ ਸਿਰ ਤੇ ਪੈ ਗਏ। ਹੁਣ ਰੋਣ ਲੱਗ ਪਈ, ਕਹਿੰਦੀ ਵਾਹਵਾ ਕੰਮ ਕਰਦਾ ਸੀ, ਚਲਾ ਗਿਆ ਹੈ, ਫਿਰ ਮੈਨੂੰ ਦੁੱਖਾਂ ਦੇ ਵਿੱਚ ਪਾ ਗਿਆ ਹੈ, ਕਿੱਧਰ ਚਲਾ ਗਿਆ? ਆਪਣੇ ਘਰ ਵਾਲੀ ਨੂੰ ਕਹਿੰਦੀ ਕਿੱਧਰ ਚਲਾ ਗਿਆ? ਤ੍ਰਿਲੋਚਨ ਜੀ ਕਹਿੰਦੇ ਨੇ ਉਹ ਭਾਗਾਂ ਵਾਲੀਏ, ਤੈਨੂੰ ਸਮਝਾਇਆ ਸੀ ਪਰ ਤੂੰ ਸਮਝੀ ਨਹੀਂ, ਉਹ ਆਪ ਨਾਰਾਇਣ ਸੀ, ਤੂੰ ਉਹਦੀ ਨਿੰਦਿਆ ਕਰਕੇ ਤੇ ਉਹ ਗਵਾ ਲਿਆ। ਨਾਰਾਇਣ ਨਿੰਦ ਸਕਾਹੇ, ਆ ਸ਼ਬਦ ਦੇਖੋ ਸ੍ਰੀ ਤ੍ਰਿਲੋਚਨ ਭਗਤ ਜੀ ਦਾ ਸ਼ਬਦ ਹੈ, ਰਾਗ ਧਨਾਸਰੀ ਦੇ ਵਿੱਚ ਉਹਨਾਂ ਨੇ ਗਾਇਨ ਕੀਤਾ ਹੈ। ਨਾਰਾਇਣ ਨਿੰਦ ਸਕਾਹੇ, ਕਿਉਂ ਨਿੰਦਿਆ ਕਰਦੀ ਨਾਰਾਇਣ ਦੀ? ਭੁੱਲੀ ਗਵਾਰੀ, ਉਹ ਭੁੱਲੀਏ ਹੋਈਏ ਗਵਾਰ ਔਰਤੇ, ਤੈਨੂੰ ਸਮਝ ਨਹੀਂ, ਤੈਨੂੰ ਕਿਹਾ ਵੀ ਸੀ ਤੂੰ ਫਿਰ ਨਹੀਂ ਸਮਝੀ। ਨਾਰਾਇਣ ਨਿੰਦ ਸਕਾਹੇ, ਭੁੱਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ। ਇਹ ਕਿਰਤ ਜਿਹੜੀ ਹੈ ਇਹ ਤੇਰੇ ਕਰਮ ਨੇ, ਔਰ ਕਿਰਤਾਂ ਦੇ ਮੁਤਾਬਕ ਕਰਮ ਬਣਦੇ ਨੇ, ਔਰ ਕਰਮਾਂ ਦੇ ਮੁਤਾਬਕ ਹੀ ਦੁੱਖ ਸੁੱਖ ਬਣਦੇ ਨੇ। ਕਰਮੀਆਂ ਵੇ ਕੱਪੜਾ, ਇਹ ਦੁੱਖ ਸੁੱਖ ਦੋਏ ਦਰ ਕੱਪੜੇ, ਇਹ ਕਰਮਾਂ ਦੇ ਨਾਲ ਮਿਲਦੇ ਨੇ ਦੁੱਖ ਵੀ ਔਰ ਸੁੱਖ ਵੀ। ਤੇ ਹੁਣ ਤੂੰ ਕਰਮ ਭੈੜਾ ਕਰ ਬੈਠੀ ਆ, ਭਗਵਾਨ ਦੀ ਨਿੰਦਿਆ ਕਰ ਦਿੱਤੀ ਆ, ਹੁਣ ਭੋਗ ਤੇਰੇ ਸਿਰ ਤੇ, ਹੁਣ ਦੁੱਖਾਂ ਦਾ ਇਹ ਸਮੁੰਦਰ ਛਾ ਗਿਆ ਹੈ, ਸਮੁੰਦਰ ਦੁੱਖ ਦੇ ਤੇਰੇ ਉੱਤੇ ਟੁੱਟ ਪਏ ਨੇ, ਤੂੰ ਹੁਣ ਇਹਨਾਂ ਨੂੰ ਖਿੜੇ ਮੱਥੇ ਬਰਦਾਸ਼ਤ ਕਰ, ਫਿਰ ਤੇਰੇ ਭਾਗ ਨਸੀਬ ਜਾਗਣਗੇ ਤਾਂ ਤੈਨੂੰ ਦਰਸ਼ਨ ਦੇਣਗੇ, ਹੁਣ ਤੂੰ ਆਪਣੇ ਕਰਮਾਂ ਨੂੰ ਬੈਠੀ ਰਹੋ। ਨਾਰਾਇਣ ਨਿੰਦ ਸਕਾਹੇ, ਭੁੱਲੀ ਗਵਾਰੀ, ਦੋ ਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ। ਸ਼ੰਕਰਾ ਮਸਤਕ ਮਸਤ, ਆਪਾਂ ਤੁਹਾਡੇ ਸੁਣਨ ਵਾਲੀ ਬਾਤ ਹੈ ਜਿਹੜੀ ਸ਼ਬਦ ਵਿੱਚ ਮੈਂ ਤੁਹਾਨੂੰ ਸੁਣਾ ਰਿਹਾ, ਫਿਰ ਇਸ ਦਾ ਗਾਇਨ ਤੁਹਾਨੂੰ ਸੁਣਾਉਣਾ। ਸ਼ੰਕਰਾ ਮਸਤਕ ਮਸਤਾ, ਸ਼ੰਕਰਾ ਸਮਝਦੇ ਹੋ ਸ਼ਿਵ ਜੀ, ਉਹਨਾਂ ਦੇ ਮੱਥੇ 'ਚ ਰਹਿੰਦਾ ਸੀ ਕੌਣ? ਚੰਦਰਮਾ। ਸ਼ੰਕਰਾ ਮਸਤਕ ਮਸਤਾ, ਇੱਥੇ ਉਹਨਾਂ ਦੀਆਂ ਜਟਾ 'ਚ ਰਹਿੰਦਾ ਸੀ ਚੰਦਰਮਾ।
ਸੁਰਸਰੀ ਇਸ਼ਨਾਨ ਰੇ। ਸੁਰਸਰੀ ਕਹਿੰਦੇ ਨੇ ਗੰਗਾ ਨੂੰ, ਗੰਗਾ ਵੀ ਸ਼ੰਕਰ ਜੀ ਦੀ ਜਟਾ 'ਚ ਆ ਅਤੇ ਚੰਦਰਮਾ ਵੀ ਸ਼ੰਕਰ ਜੀ ਦੀ ਜਟਾ 'ਚ ਆ। ਉਹ ਚੰਦਰਮਾ ਰੋਜ਼ ਗੰਗਾ ਦੇ ਵਿੱਚ ਇਸ਼ਨਾਨ ਕਰਦਾ ਔਰ ਭਗਵਾਨ ਦੀ ਜਟਾ 'ਚ ਰਹਿੰਦਾ, ਗੰਗਾ 'ਚ ਇਸ਼ਨਾਨ ਕਰਦਾ, ਸ਼ੰਕਰ ਦੀ ਜਟਾ 'ਚ ਰਹਿੰਦਾ। ਸ਼ੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ, ਕੁੱਲ ਜਨ ਮੱਧੇ। ਉਹਦੀ ਕੁੱਲ ਦੇ ਵਿੱਚ ਭਗਵਾਨ ਕ੍ਰਿਸ਼ਨ ਹੋਏ ਨੇ, ਚੰਦਰਵੰਸ਼ੀ ਕੁੱਲ ਵਿੱਚ ਭਗਵਾਨ ਕ੍ਰਿਸ਼ਨ ਹੋਏ ਨੇ। ਏਡਾ ਵੱਡਾ ਉਹ ਕਰਮਾਂ ਵਾਲਾ, ਭਾਗਾਂ ਵਾਲਾ ਰੋਜ਼ ਗੰਗਾ 'ਚ ਇਸ਼ਨਾਨ ਕਰਦਾ ਹੈ, ਸ਼ੰਕਰਾ ਜੀ ਦੀ ਜਟਾ 'ਚ ਰਹਿੰਦਾ ਹੈ। ਉਹਦੀ ਵੰਸ਼ 'ਚ ਭਗਵਾਨ ਦੁਆਪਰ ਯੁੱਗ ਦੇ ਅਵਤਾਰ ਕ੍ਰਿਸ਼ਨ ਹੋਏ ਨੇ। ਅਤੇ ਦੇਖ ਉਹਨੇ ਕਰਮ ਭੈੜੇ ਕਰ ਲਏ ਸੀ, ਚੰਦਰਮਾ ਨੇ ਕਰਮ ਭੈੜੇ ਕਰ ਲਏ ਸੀ। ਤੁਹਾਨੂੰ ਪਤਾ ਹੈ ਇੰਦਰ ਦਾ ਸਾਥ ਦਿੱਤਾ ਸੀ, ਗੌਤਮ ਤਪਾ ਹੱਲਿਆ ਇਸਤਰੀ ਉੱਥੇ ਪਾਪ ਕਰ ਬੈਠਾ ਸੀ ਅਤੇ ਉਹ ਕਲੰਕ ਲੱਗ ਗਿਆ ਸੀ। ਉਹ ਕਲੰਕ ਅੱਜ ਵੀ ਲੱਗਾ ਹੋਇਆ ਹੈ, ਉਹ ਧੁੱਪਿਆ ਨਹੀਂ, ਉਹ ਕਲੰਕ ਲੱਥਾ ਨਹੀਂ। ਤਰਲੋਚਨ ਕਹਿੰਦਾ ਆਪਣੀ ਘਰਵਾਲੀ ਨੂੰ, ਉਹ ਵੀ ਪਿਆ ਰੋਂਦਾ ਹੈ ਅਤੇ ਤੂੰ ਵੀ ਰੋ। ਇਹ ਕਰਮਾਂ ਦੇ ਜਿਹੜੇ ਲੇਖ ਨੇ ਇਹ ਭੁਗਣੇ ਪੈਂਦੇ ਨੇ। ਬਹੁਤ ਵਧੀਆ ਸ਼ਬਦ ਹੈ। ਇਸ ਤੋਂ ਅੱਗੇ ਚੱਲ ਕੇ ਫਿਰ ਹੋਰ ਪੰਕਤੀਆਂ ਨੇ। ਵਿਸ਼ਵਤਾ ਦੀਪਕ ਸਵਾਮੀ ਤਾਚੇਰੇ ਸਵਾਰਥੀ ਪੰਖੀ ਰਾਏ ਗਰੜ ਤਾਚੇ ਬਾਧਵਾ, ਕਰਮ ਕਰ ਅਰਣ ਪਿੰਗਲਾਰੀ। ਵਿਸ਼ਵਤਾ ਦੀਪਕ ਤਾਚੇਰੇ ਸਵਾਰਥੀ, ਇਹ ਸੂਰਜ ਦੀ ਗੱਲ ਆ। ਵਿਸ਼ਵਤਾ ਦੀਪਕ ਸੂਰਜ ਆ। ਤਾਚੇਰੇ ਸਵਾਰਥੀ ਪੰਖੀ ਰਾਏ ਗਰੜ ਤਾਚੇ ਬਾਧਵਾ, ਕਰਮ ਕਰ ਅਰਣ ਪਿੰਗਲਾਰੀ। ਅਰਣ ਸੂਰਜ ਦਾ ਰਥਵਾਈ ਔਰ ਗਰੜ ਉਹਦਾ ਭਗਵਾਨ ਭਰਾ। ਪੰਖੀ ਰਾਏ ਗਰੜ ਤਾਚੇ ਬਾਧਵਾ ਉਹਦਾ ਭਰਾ, ਪਰ ਕਰਮ ਕਰ ਅਰਣ ਪਿੰਗਲਾ, ਉਹ ਪਿੰਗਲਾ ਹੈ, ਉਹਨੂੰ ਕੋਈ ਪਿੰਗਲਾ ਰੋਗ ਹਟਾ ਨਹੀਂ ਸਕਿਆ। ਐਡਾ ਵੱਡਾ ਵਧੀਆ ਸੂਰਜ ਦਾ ਰਥਵਾਈ, ਗਰੜ ਦਾ ਭਰਾ, ਲੇਕਿਨ ਉਹਦਾ ਪਿੰਗਲਪਨ ਕੋਈ ਦੂਰ ਨਹੀਂ ਕਰ ਸਕਿਆ, ਉਹ ਕਰਮ ਉਹਨੇ ਐਸੇ ਕਰ ਲਏ ਸਨ। ਇਸ ਦੀਆਂ ਅੱਗੇ ਪੰਕਤੀਆਂ ਨੇ, ਉਸ ਦੀਆਂ ਕਥਾਵਾਂ ਜਿਹੜੀਆਂ ਨੇ ਲੰਬੀਆਂ ਨੇ। ਅਨਕ ਪਾਤਕ ਹਰਤਾ ਤੇ ਭਵਨ ਨਾਥ ਹਰੀ, ਤੀਰਥ ਤੀਰਥ ਭ੍ਰਮਤਾ ਲਹੇ ਨਾ ਪਾਰ ਰੀ, ਕਰਮ ਕਰ ਕਪਾਲ ਮਪੀਟ ਸਰੀ। ਅੰਮ੍ਰਿਤ ਸਸੀ ਧੇਨ ਲਛਮੀ, ਕਲਪ ਧਰ ਸਿਖਰ ਸੁਨਾਗਰ ਨਦੀ ਕੇ ਨਾਥੰਗ। ਇਹ ਸਮੁੰਦਰ ਦੀ ਗੱਲ ਹੈ। ਸਮੁੰਦਰ ਉਹਦੇ ਵਿੱਚੋਂ 16 ਇਹ ਰਤਨ ਨਿਕਲੇ ਨੇ। ਅੰਮ੍ਰਿਤ ਸਸੀ ਧੇਨ ਲਛਮੀ, ਕਲਪ ਧਰ ਸਿਖਰ ਸੁਨਾਗਰ ਨਦੀ ਕੇ ਨਾਥੰਗ। ਨਦੀਆਂ ਦਾ ਨਾਥ, ਸਮੁੰਦਰ ਵਿੱਚੋਂ ਰਤਨ ਨਿਕਲੇ, ਫਿਰ ਉਹ ਖਾਰਾ ਹੈ, ਕੋਈ ਉਸਦਾ ਘੋਟਕ ਅੰਦਰ ਲਿਜਾਣ ਨੂੰ ਤਿਆਰ ਨਹੀਂ। ਮੂੰਹ 'ਚ ਕੋਈ ਪਾ ਵੀ ਹੋਵੇ ਅਤੇ ਥੂ ਥੂ ਕਰਦਾ ਥੁੱਕ ਦਿੰਦਾ ਹੈ। ਐਡਾ ਉਹਨੇ ਕਰਮ ਭੈੜਾ ਕਰ ਲਿਆ ਸੀ, ਸੂਰਜ ਨੇ ਪਾਪ ਕਰ ਲਿਆ ਸੀ, ਉਹ ਲੱਥਾ ਨਹੀਂ ਅਜੇ ਤੱਕ, ਉਹ ਖਾਰਾ ਹੀ ਹੈ, ਪਾਪ ਕਰਮ ਕਰਕੇ ਖਾਰਾ ਹੈ ਅਤੇ ਉਹ ਵੀ ਵਿਚਾਰਾ ਰੋਂਦਾ ਹੈ। ਅਤੇ ਕਰਮਾਂ ਵਾਲੀ ਹੈ, ਤੈਨੂੰ ਵੀ ਰੋਣ ਪੈ ਗਿਆ ਕਰਮ ਕਰਕੇ। ਬੰਦਿਓ ਇਨਸਾਨ ਸੰਸਾਰ ਦੇ ਲੋਕੋ, ਭੈੜੇ ਕਰਮ ਤੋਂ ਬਚੋ, ਭੈੜੇ ਕਰਮ ਦਾ ਫਲ ਦੁੱਖ ਹੈ, ਉਸਦਾ ਰਿਜ਼ਲਟ ਦੁੱਖ ਹੈ, ਔਰ ਦੁੱਖ ਭੁਗਣਾ ਪੈਂਦਾ ਹੈ ਜਿਨ੍ਹਾਂ ਦੇ ਕਰਮ ਭੈੜੇ ਹਨ, ਜਿਨ੍ਹਾਂ ਦੇ ਕਰਮ ਨੀਚ ਹਨ।
ਹੁਣ ਸ਼ਬਦ ਸੁਣੋ ਤੁਸੀਂ, ਫਿਰ ਅੱਗੇ ਚੱਲ ਕੇ ਹਨੂੰਮਾਨ ਦੀ ਗੱਲ ਹੈ। ਦਾਦੀ ਨੇ ਲੰਕਾ ਗੜ ਉਪਾੜੀ ਨੇ ਰਾਵਣ ਬਨ, ਸਨ ਬਿਸਨ ਆਣ ਕੋਕੀ ਨੇ ਹਰੀ, ਕਰਮ ਕਰ ਕਛੌਤੀ ਮਫੀ ਦਸਰੀ। ਇਹ ਸਾਰਾ ਕੁਝ ਲੰਬਾ ਸ਼ਬਦ ਹੈ ਔਰ ਕਥਾਵਾਂ ਇਸ ਦੀਆਂ ਲੰਬੀਆਂ ਹਨ। ਇੱਕ ਇੱਕ ਪੰਕਤੀ ਦੀ ਕਥਾ, ਇੱਕ ਇੱਕ ਘੰਟੇ ਦੀ ਕਥਾ ਹੈ। ਇਹ ਪੁਰਾਣ ਵਿੱਚ ਲਿਖੀ ਹੋਈ ਹੈ, ਹਰ ਸ਼ਬਦ ਦੀ ਕਥਾ ਪੁਰਾਣ ਵਿੱਚ ਲਿਖੀ ਹੈ। ਸ਼੍ਰੀਮਦ ਭਾਗਵਤ ਪੁਰਾਣ ਦੇ ਅੰਦਰ ਇਹ ਕਥਾਵਾਂ ਨੇ ਅਤੇ ਉਹ ਤੁਹਾਨੂੰ ਮੈਂ ਸ਼ਬਦ ਗਾਇਨ ਕਰਕੇ ਸਰਵਣ ਕਰਾਉਣ ਲੱਗਾ ਹੈ। ਰਾਗ ਧਨਾਸਰੀ ਸਗਮ ਇਸ ਕਰਕੇ ਤੁਹਾਨੂੰ ਪੜ੍ਹ ਕੇ ਸੁਣਾ ਦਿੱਤਾ ਹੈ ਕਿ ਤੁਹਾਨੂੰ ਸ਼ਬਦ ਗਾਇਨ ਦਾ ਰਸ ਆ ਜਾਵੇ। ਕਈ ਪ੍ਰੇਮੀ ਕਹਿੰਦੇ ਨੇ ਸਮਝ ਨਹੀਂ ਆਈ, ਸਮਝ ਤੇ ਉਸ ਨੂੰ ਆਏਗੀ ਜਿਹੜਾ ਅਖੰਡ ਪਾਠੀ ਹੈ, ਜਿਹੜਾ ਬਾਣੀ ਦਾ ਪਾਠ ਕਰਦਾ ਹੈ, ਬਾਣੀ ਦੀ ਇਸ ਨੂੰ ਸੋਝੀ ਹੈ ਔਰ ਰਾਗ ਤਾਲ ਦੀ ਸੋਝੀ ਹੈ, ਉਸ ਨੂੰ ਇਸ ਦਾ ਆਨੰਦ ਆਏਗਾ। ਪਾਠ ਨਹੀਂ ਪੜਿਆ, ਰਾਗ ਨਹੀਂ ਸੁਣੇ, ਤਬਲੇ ਦੀ ਸੋਚੀ ਨਹੀਂ ਰੱਖੀ, ਉਹਨੂੰ ਆਨੰਦ ਨਹੀਂ ਆ ਸਕਦਾ। ਇਹ ਗੁਰੂ ਦਾ ਕੀਰਤਨ ਹੈ, ਭਾਗਾਂ ਵਾਲੇ ਵਾਲੇ ਇਸਦੀ ਸਮਝ ਹੈ, ਭਾਗਾਂ ਵਾਲੇ ਨੂੰ ਇਸ ਦਾ ਆਨੰਦ ਹੈ। ਨਾਰਾਇਣ ਸਾਹਿਬ ਜੀ ਦੁਬਾਰੀ ਦੁੱਖ ਦੇ ਸੁੱਖ ਉਤਾਰੋ, ਕਰਮ ਦੁੱਖ ਸੁੱਖ ਉਤਾਰੋ, ਕਰਮ ਦੁੱਖ ਸੁੱਖ ਉਤਾਰੋ। ਨਾਰਾਇਣ ਸਿਕਾਹੇ ਗੁਰੂ ਗੋਬਿੰਦ ਸਿੰਘ ਜੀ।
ਸੋ
ਪੂਰਬ ਨੂੰ ਕਿਰਤ ਕਰਮ
ਕਰ ਗਏ ਹੈ ਪਵਿੱਤਰ ਸ਼ਬਦ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਉਚਾਰਿਆ ਹੋਇਆ ਸੀ। ਕਹਿਤ ਹੋ ਨਾਸਰੀ ਐਸੀ ਬੱਜੀ ਬਾਂਸਰੀ, ਮੇਰੇ ਜਾਨੇ ਜਾਮੈ ਸਭ ਰਾਗ ਕੋ ਨਿਵਾਸਰੀ। ਬਹੁਤ ਹੀ ਪਵਿੱਤਰ ਤੇ ਪਿਆਰਾ ਗੰਭੀਰ ਸ਼ਬਦ ਹੈ, ਜਿਸ ਦਾ ਗਾਇਨ ਕਰਨ ਦਾ ਇਤਨਾ ਆਨੰਦ ਹੈ ਕਿ ਕਹਿੰਦੇ ਕੋ ਸੋਭਾ ਹੀ ਨਹੀਂ ਦੇਖਾ ਪ੍ਰਵਾਨ ਹੈ। ਦੂਸਰਾ ਸ਼ਬਦ ਸ੍ਰੀ ਭਗਤ ਤਰਲੋਚਨ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਤਨਾਸਰੀ ਵਿੱਚ, ਇਤਨਾ ਪ੍ਰਬਲ ਸ਼ਬਦ ਹੈ ਜਿਸ ਦਾ ਪਾਠ ਕਰਨਾ ਹੀ ਬੜਾ ਗੈਰ ਗੰਭੀਰ ਬਾਤ ਹੈ, ਔਰ ਇਸ ਨੂੰ ਗਾਇਨ ਕਰਨਾ ਇਹ ਗੁਰੂਆਂ ਲੋਕਾਂ ਦੀ ਬਖਸ਼ਿਸ਼ ਰਹਿਮਤ ਸਦਕਾ ਇਹ ਸ਼ਬਦ ਗਾਇਨ ਹੁੰਦਾ ਹੈ। ਤੁਸੀਂ ਸੁਣਿਆ ਹੈ ਤੇ ਬੜੇ ਪ੍ਰਸੰਨ ਹੋਏ ਹੋ। ਤੁਸੀਂ ਮੈਨੂੰ ਗੁਰੂ ਘਰ ਵਿੱਚੋਂ ਕੀਰਤਨ ਦੀ ਦਾਤ ਲੈ ਕੇ ਦਿਓ, ਮੈਂ ਤੁਹਾਡੇ ਚਰਨਾਂ ਵਿੱਚ ਅਰਦਾਸ ਕਰਨਾ ਕਿ ਤੁਸੀਂ ਕਿਰਪਾ ਕਰਕੇ, ਅਰਦਾਸ ਕਰਕੇ, ਬਖਸ਼ਿਸ਼ ਕਰਕੇ ਸਾਹਿਬ ਗੁਰੂ ਨਾਨਕ ਜੀ ਦੇ ਦਰਬਾਰ ਵਿੱਚੋਂ ਕੀਰਤਨ ਹੋਰ ਕੀਰਤਨ ਵਧੀਆ, ਬਹੁਤ ਸ਼ਾਨਦਾਰ ਰਸ ਭਰਿਆ ਕੀਰਤਨ ਤੁਸੀਂ ਮੈਨੂੰ ਗੁਰੂ ਮਹਾਰਾਜ ਤੋਂ ਲੈ ਕੇ ਦਾਸ ਦੀ ਝੋਲੀ ਮੈਂ ਅੱਗੀ ਹੈ ਤੁਹਾਡੇ ਅੱਗੇ, ਮੇਰੀ ਝੋਲੀ ਵਿੱਚ ਕੀਰਤਨ ਦੀ ਦਾਤ ਪਾਓ ਤੇ ਮੈਂ ਕੀਰਤਨ ਕਰਕੇ ਗੁਰੂ ਨਾਨਕ ਜੀ ਨੂੰ ਪ੍ਰਸੰਨ ਕਰ ਸਕਾਂ ਤੇ ਜਨਮ ਸਫਲਾ ਹੋਵੇ, ਇਹ ਮੇਰੀ ਅਰਦਾਸ ਹੈ। ਤੁਸੀਂ ਕਿਰਪਾ ਕਰਕੇ ਮੇਰੀ ਅਰਦਾਸ ਪ੍ਰਵਾਨ ਕਰੋ ਤੇ ਸਵੇਰੇ ਕੀਰਤਨ ਟਾਈਮ ਹੈ ਸ੍ਰੀ ਦਰਬਾਰ ਸਾਹਿਬ 3 ਵਜੇ। ਹਾਂਜੀ 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 3 ਵਜੇ ਦਾਸ ਦੀ
ਹਾਜ਼ਰੀ ਹੈ ਸਵੇਰੇ ਮੇਰੇ ਬੇਟਿਆਂ ਦੀ ਅਤੇ ਮੈਂ ਵੀ ਜਾ ਕੇ ਸਵੇਰੇ ਹਾਜ਼ਰੀ ਭਰਨੀ ਹੈ। ਤੂੰ ਕੁੰਨਰੇ ਮੈਂ ਜੀ ਨਾਮਾ ਹੋ ਜੀ, ਕਿਤਨਾ ਪਿਆਰਾ ਸ਼ਬਦ ਹੈ, ਕਿਸਨਾ ਸ਼ਬਦ ਹੈ ਪਹਿਲਾਂ ਪਹਿਲ ਕੁੜੀਏ ਪੁਨਰਕਵਨਾ ਤਾਂਚੇ ਹੰਸਾ ਸਗਲੇ ਜਾਨਾ ਕ੍ਰਿਸ਼ਨਾ ਤੇ ਜਾਨਾ ਹਰ ਹਰ ਨਚਨਤੀ ਨਾਚਨਾ। ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਤਮਰਾ ਅਸਗਾ ਅਸ ਕੁਸਗਾ ਹਰਕਾ ਬਾਗਰਾ ਨਾਚੇ ਪਿੱਤੀ ਮਿਸਾਗਰਾ। ਨਚਨਤੀ ਗੋਪੀ ਜਾਨਾ ਨਈਆ ਤੇ ਬੈਰੇ ਕੰਨਾ ਤਰਕੁ ਨਚਾ ਭਰਮੀਆਂ ਚਾ ਕੇ ਸਵਾ ਬਚਾਉਨੀ ਅਈਏ ਮਈਏ ਏਕ ਅੰਨ ਜੀਓ। ਪਿੰਦੀ ਉਪਕਲੇ ਸੰਸਾਰਾ ਭਰਮ ਭਰਮ ਆਏ ਤੁਮ ਚੇ ਦੁਆਰਾ, ਤੂੰ ਕੁੰਨ ਰੇ ਮੈਂ ਜੀ ਨਾਮਾ ਹੋ ਜੀ, ਆਲਾ ਤੇ ਨਿਵਾਰਨ ਜਮ ਕਰਨਾ। ਇਹ ਲਾਸਟ ਸ਼ਬਦ ਪੜ੍ਹ ਕੇ ਮੈਂ ਫਿਰ ਫਤਿਹ ਬੁਲਾਵਾਂ। ਸਾਰੇ ਗਾਬਾ ਪਾਰਾ ਸਾਰੇ ਤੇ ਬੈਰੇ ਕਾ ਨਾ ਤਰਕੁ ਨਾ ਜਾ ਭਰਮੀਆਂ ਚਾ ਕੇ ਸਵਾ ਬਚਾਉਨੀ ਅਈਏ ਮਈਏ।
ਸਿੱਖਣ ਦੇ ਵਿੱਚ ਤਾਲ ਵਿੱਚ ਸਿੱਖਣਾ ਹੈ, ਰਾਗ ਵਿੱਚ ਸਿੱਖਣਾ ਹੈ, ਲੈਅ ਵਿੱਚ ਸਿੱਖਣਾ ਹੈ, ਔਰ ਸੁਧ ਬੁੱਧ ਵਿੱਚ ਗੁਰੂਆਂ ਦੀ ਬਖਸ਼ਿਸ਼ ਰਹਿਮਤ ਦੇ ਨਾਲ ਇਹ ਫਤਿਹ ਉਚਾਰੀ ਜਾਂਦੀ ਹੈ। ਜੇ ਕਿਰਪਾ ਨਾ ਹੋਵੇ ਤਾਂ ਜੋੜੀ ਵਾਲਾ ਕਿਧਰੇ ਅਤੇ ਫਤਿਹ ਵਾਲਾ ਕਿਧਰੇ, ਬੇਫਤਿਹ ਹੋ ਜਾਂਦੀ ਹੈ। ਹੁਣ ਮੈਂ ਤੁਹਾਨੂੰ ਦੱਸਾਂ, 15 ਸਾਲ ਜੋੜੀ ਸਿੱਖੀਏ ਅਤੇ 15 ਸਾਲ ਵਾਜਾ ਸਿੱਖੀਏ ਅਤੇ 15 ਸਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨੀ ਸਿੱਖੀਏ, 45 ਸਾਲਾਂ ਤੋਂ ਬਾਅਦ ਹੱਥ ਰੱਖਣਾ ਆਉਂਦਾ ਹੈ, ਅਤੇ ਫਿਰ 15 ਸਾਲ ਮਿਹਨਤ ਕਰੇ ਬੰਦਾ ਸਟੇਜਾਂ 'ਤੇ ਜਾ ਜਾ ਕੇ, ਅਤੇ ਕਿੰਨੇ ਸਾਲ ਬਣ ਗਏ, 60। 60 ਸਾਲਾਂ ਤੋਂ ਬਾਅਦ ਮਾੜਾ ਜਿਹਾ ਰਾਗੀ ਸਿੰਘ ਬਣਦਾ ਹੈ। 15 ਸਾਲ ਜੋੜੀ, 15 ਸਾਲ ਵਾਜਾ, 15 ਸਾਲ ਪਾਠ, 15 ਸਾਲ ਅਭਿਆਸ, 60 ਸਾਲਾਂ ਤੋਂ ਬਾਅਦ ਰਾਗੀ ਸਿੰਘ ਬਣਦਾ ਹੈ, ਅਤੇ 58 ਸਾਲ ਵਿੱਚ ਦਰਬਾਰ ਸਾਹਿਬ ਵਾਲੇ ਰਿਟਾਇਰ ਕਰ ਦਿੰਦੇ ਆ, ਕਹਿੰਦੇ ਭਾਈ ਜੀ 58 ਸਾਲ ਹੋ ਗਏ, ਜਾਓ ਕਰੋ ਘਰੀ। ਮੈਂ ਕਹਿੰਦਾ ਸਾਨੂੰ ਤਾਂ ਕਰੋ ਘਰੀ ਭੇਜ ਦਿੱਤਾ ਪ੍ਰਧਾਨ ਜੀ, ਤੁਸੀਂ 70 ਸਾਲ ਦੇ ਹੋ, ਤੁਸੀਂ ਤਾਂ ਜਾਂਦੇ ਹੀ ਨਹੀਂ।
ਕਹਿੰਦੇ ਨਹੀਂ ਨਹੀਂ ਅਸੀਂ ਤੇ ਗੁਰਦੁਆਰਾ ਸਾਡਾ ਆਪਣਾ, ਤੂੰ ਚੱਲ ਘਰ। ਤੋ ਵੇਖ ਲਓ ਤੁਸੀਂ ਇਹ ਜਾਂਦੇ ਇਹ ਨਹੀਂ ਜਾਂਦੇ। ਸਾਨੂੰ ਆਉਂਦੇ 58 ਸਾਲ ਦਾ ਹੋ ਗਿਆ ਅਤੇ ਸਾਧ ਸਿੰਘ ਜੀ 58 ਸਾਲ ਤੋਂ ਬਾਅਦ ਕੀਰਤਨ ਕਰਨਾ ਆਉਂਦਾ। ਮੈਨੂੰ ਇਹਨਾਂ ਨੇ ਸੰਨ 91 ਦੇ ਵਿੱਚ ਜੈਨ ਜੀ ਰਿਟਾਇਰ ਕਰਤਾ ਸੀ 91 ਦੇ ਵਿੱਚ, ਅਤੇ ਕਹਿੰਦੇ ਸੀ ਤੂੰ 58 ਸਾਲ ਦਾ ਹੋ ਗਿਆ 91 ਦੇ ਵਿੱਚ, ਅਤੇ ਕੀਰਤਨ ਕਰਨ ਦਾ ਜਿਹੜਾ ਹੁਣ ਨਜ਼ਾਰਾ ਮੈਨੂੰ ਆਉਂਦਾ 2002 ਵਿੱਚ, ਉਹ 91 ਚ ਨਹੀਂ ਸੀ ਆਉਂਦਾ। ਅਤੇ ਕਹਿੰਦੇ ਵੀ ਤੂੰ ਯਾਰ ਤੂੰ ਅਜੇ ਵੀ ਕੀਰਤਨ ਕਰਦਾ? ਅਤੇ ਮੈਂ ਕਿਹਾ ਵੀ ਕਰਦਾ, ਅਤੇ ਗੁਰੂ ਸਾਹਿਬ ਦੀ ਜਿੰਨਾ ਚਿਰ ਕਿਰਪਾ ਹੈ ਕੀਰਤਨ ਕਰੀ ਜਾਣਾ, ਅਜੇ ਮੈਂ ਸੰਗਤਾਂ ਨੂੰ ਕਹਿੰਦਾ ਮੈਨੂੰ ਹੋਰ ਕੀਰਤਨ ਲੈ ਕੇ ਦਿਓ। ਮੈਨੂੰ ਮਹਾਰਾਜ ਦੇ ਕੋਲੋਂ ਸਿਫਾਰਿਸ਼ ਕਰਕੇ ਕੀਰਤਨ ਮੇਰੀ ਝੋਲੀ 'ਚ ਪਵਾਓ ਤੁਸੀਂ ਸਾਧ ਸੰਗਤ ਜੀ, ਤਾਂ ਕਿ ਮੈਂ ਹੋਰ ਵਧੀਆ ਕੀਰਤਨ ਕਰ ਸਕਾਂ। ਤੁਸੀਂ ਮੇਰੀ ਅਰਦਾਸ ਇਹ ਪ੍ਰਵਾਨ ਕਰੋ। ਅਤੇ ਮੇਰੇ ਇਹ ਬੇਟਾ ਮੇਰਾ ਜੋੜੀ ਵਾਲਾ ਕਹਿੰਦਾ ਹੈ ਇੱਕ ਵਾਰੀ ਫਤਿਹ ਫਿਰ ਬੁਲਾਓ, ਦੇਖੋ ਇਹਨੂੰ ਮਜ਼ਾ ਆਇਆ ਜੀ, ਮੇਰਾ ਸਾਹ ਸੁੱਕਾ ਵੀ ਬਿਤਾਲ ਨਾ ਹੋ ਜਾ, ਇਹਨੂੰ ਮਜ਼ਾ ਆ ਰਿਹਾ। ਕਹਿੰਦਾ ਫਿਰ ਸੁਣਾਓ ਇੱਕ ਵਾਰੀ, ਲਓ ਸੁਣੋ ਬੋਲੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਹ ਪੜਿਆ ਸੁਣਿਆ ਕੀਰਤਨ ਸਫਲ ਹੋ ਜਾਵੇ। ਇਹ ਹਰਜੀਤ ਸਿੰਘ ਬਾਬਾ ਜੀ ਜਿਹੜੇ ਨੇ ਇਹ ਮੇਰੇ ਬੇਟੇ ਨੇ, ਮੈਂ ਹਾਲੇ ਬਾਬਾ ਜੀ ਨਹੀਂ ਬਣਿਆ, ਇਹ ਬਣ ਗਏ ਨੇ, ਇਹ ਬਾਬਾ ਜੀ ਬਣ ਗਏ ਨੇ, ਮੈਂ ਹਾਲੇ ਮੋਤਾ ਜੀ ਹਾਂ। ਉਹ ਸਾਧ ਸੰਗਤ ਜੀ ਇਹਨਾਂ 'ਤੇ ਗੁਰੂ ਸਾਹਿਬ ਕਿਰਪਾ ਕਰਨ, ਇਹ ਹੋਰ ਬਾਬਾ ਜੀ ਬਣਨ, ਅਤੇ ਮੇਰੇ 'ਤੇ ਕਿਰਪਾ ਹੋਵੇ ਜੀ ਹੋਰ ਛੋਟਾ ਹੋ ਜਾਵਾਂ, ਹੋਰ ਪੋਤਾ ਜੀ ਬਣ ਜਾਵਾਂ। ਆਪ ਕਿਰਪਾ ਕਰੋ, ਮੈਨੂੰ ਕੀਰਤਨ ਕਰਵਾਓ, ਮੇਰੇ ਕੋਲੋਂ ਸਿਰ 'ਤੇ ਹੱਥ ਰੱਖੋ, ਕੀਰਤੀ ਦੀ ਦਾਤ ਦਿਓ। ਇੰਨੀ ਕੁਝ ਮੰਗਦਾ ਹੋਇਆ ਮੈਂ ਆਪ ਜੀ ਪਾਸੋਂ ਖੇਮਾ ਦਾ ਜਾਚਕਾਂ, ਕਿਰਪਾ ਕਰ ਦੇਣੀ। ਫਤਿਹ ਇੱਕ ਵਾਰੀ ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।